सो मेरे नाल है सिंग इज किंग भाजी, मजे ले आते तुसी ताडी पनीर दी पुरजी एंड तुहाडा चिकन बहुत स्वाद सीगा। मिठे दे विच की कुछ है अपने कोल, कुछ डिफरेंट लेके आयो? आई एम श्योर के कुछ डिसअपॉइंट नहीं करोगे मिठे दे मामले च। हाँ जी, मिठे दे मामले विच सब तो पहला साडे कोल घर दी मेपल सिरप वाली खीर है जी। अच्छा, मेपल सिरप वाली जिहड़ी खीर है इहनू आपां कैनेडियन टच दित्ता, जिवें आपां खीर दा ਤੁਸੀਂ ਜਿਹੜਾ ਟੈਕਸਚਰ ਹੋਏਗਾ, ਖੀਰ ਦਾ ਕਲਰ ਹੋਏਗਾ, ਉਹ ਉਹੀ ਹੈ ਜੋ ਸਾਡਾ ਪੰਜਾਬ 'ਚ ਮਿਲਦਾ ਸਾਨੂੰ, ਬਟ ਮਿੱਠੇ ਦਾ ਟੇਸਟ ਇਹਦੇ ਮੇਪਲ ਸਿਰਪ ਦੇ ਨਾਲ ਆਏਗਾ। ਮੇਪਲ ਸਿਰਪ ਆਇਆ, ਹਾਂਜੀ, ਇਹ ਮੇਪਲ ਸਿਰਪ ਵਾਲੀ ਸਾਡੇ ਕੋਲ ਖੀਰ ਹੈ। ਉਸ ਤੋਂ ਇਲਾਵਾ ਜੇ ਤੁਸੀਂ ਡਰਿੰਕ ਦੇ ਵਿੱਚ ਲੈਣਾ ਚਾਹੋਗੇ ਮਿੱਠਾ, ਤਾਂ ਸਾਡੇ ਕੋਲ ਦੋ ਆਪਸ਼ਨਸ ਨੇ। ਇੱਕ ਹੈ ਮੈਂਗੋ ਲੱਸੀ ਤੇ ਇੱਕ ਹੈ ਸਾਡੇ ਕੋਲ ਜਿਹੜੀ ਨਾਰਮਲ ਅੰਮ੍ਰਿਤਸਰੀ ਲੱਸੀ, ਵਾਈਟ ਵਾਲੀ। ਹਾਂਜੀ, ਵਾਈਟ ਵਾਲੀ। ਇਹਦੇ ਵਿੱਚ ਤੁਹਾਨੂੰ ਗੁਲਾਬ ਜਲ, ਕਾਡਮਮ ਸਾਰੇ ਦਾ ਟੇਸਟ ਆਏਗਾ। ਜਿਹੜਾ ਮੈਂਗੋ ਵਾਲੀ ਤੁਸੀਂ ਲੱਸੀ ਪੀਓਗੇ, ਇਹਦੇ ਵਿੱਚ ਵੀ ਪ੍ਰੋਪਰ ਮੈਂਗੋ ਦਾ ਫਲੇਵਰ ਆਏਗਾ। ਇਹ ਉਹ ਨਹੀਂ ਹੈ ਕਿ ਸਿਰਫ ਇਹ ਨਾਲੇ ਨੋਰਮਲ ਦਹੀਂ ਦੇ ਨਾਲ ਨਹੀਂ ਬਣਦੀ, ਇਹ ਥਿੱਕ ਦਹੀਂ ਦੇ ਨਾਲ ਉਹਨੂੰ ਚੰਗੀ ਤਰ੍ਹਾਂ ਗ੍ਰਾਇੰਡ ਕਰਕੇ ਫਿਰ ਬਣਾਈ ਜਾਂਦੀ ਹੈ। ਪਿਸਤਾ ਪਾਇਆ? ਬਿਲਕੁਲ ਜੀ। ਤੁਸੀਂ ਕਹਿੰਦੇ ਸੀ ਪਿਸਤਾ ਨਹੀਂ ਪਾਉਂਦੇ ਲੋਕ, ਲੋਕੀ ਫਿਰ ਹਰ ਇੱਕ ਦੀ ਆਪਣੀ ਮਰਜ਼ੀ ਹੈ। ਦੇਖੋ, ਹਰ ਇੱਕ ਦੀ ਆਪਣਾ ਬਿਜ਼ਨਸ ਮਾਡਲ ਹੈ, ਹਰ ਇੱਕ ਨੇ ਆਪਣੀ ਚੀਜ਼, ਆਪਣੇ ਸਟੈਂਡਰਡ। ਸਾਡੇ ਸਟੈਂਡਰਡਸ ਅਲੱਗ, ਸਾਡੇ ਸਟੈਂਡਰਡ ਹਾਈ ਜ਼ਿਆਦਾ ਨੇ। ਤੁਹਾਨੂੰ ਲੱਗਦਾ ਹੈ ਫੂਡ ਟਰੱਕ ਤੇ ਹਾਈ ਸਟੈਂਡਰਡ ਕਿਤੇ ਆਪਾਂ ਵੱਡੇ ਲੈਵਲ ਤੇ ਜਾ ਸਕਦੇ ਇਸ ਲੈਵਲ ਨਾਲ? ਤੁਹਾਡਾ ਕੀ ਸੋਚ ਹੈ, ਕਿਸ ਸੋਚ ਨਾਲ ਆਏ ਹੋ ਤੁਸੀਂ? ਦੇਖੋ, ਸੋਚ ਸਰ ਜਿਹੜੀ ਇਹੀ ਹੈ ਨਾ, ਸਭ ਤੋਂ ਪਹਿਲਾਂ ਲੋਕਾਂ ਨੂੰ ਟੇਸਟ ਜਿਹੜਾ ਹੈਗਾ। ਅੱਜ ਤੁਸੀਂ ਅੱਜ ਕੱਲ੍ਹ ਬ੍ਰੈਂਪਟਨ 'ਚ ਕਿਤੇ ਵੀ ਜਾਂਦੇ ਹੋ, ਕੁਛ ਵੀ ਖਾਣ ਜਾਂਦੇ ਹੋ, ਤੁਸੀਂ ਪਨੀਰ ਲੈ ਲਓ, ਤੁਸੀਂ ਚਿਕਨ ਲੈ ਲਓ, ਗ੍ਰੇਵੀ ਸੇਮ ਹੈ, ਟੇਸਟ ਸੇਮ ਆ। ਬਿਲਕੁਲ ਬਿਲਕੁਲ, ਗ੍ਰੇਵੀ ਵੱਖਰੀ ਰੱਖੀ, ਚਿਕਨ ਦੇ ਪੀਸ ਪਾਤੇ। ਹਾਂਜੀ, ਮੈਂ ਤੁਹਾਨੂੰ ਕੋਈ ਟ੍ਰੇਡ ਸੀਕ੍ਰੇਟ ਨਹੀਂ ਹੈ, ਉਹ ਦੋ ਤਰ੍ਹਾਂ ਦੀਆਂ ਸੌਸਿਸ ਬਣਾਉਂਦੇ ਨੇ, ਉਹਨਾਂ ਨੂੰ ਮਿਕਸ ਕਰਦੇ ਨੇ ਅਲੱਗ ਅਲੱਗ ਗ੍ਰੇਵੀ 'ਚ। ਸਾਡੇ ਕੋਲ ਹਰ ਮਸਾਲਾ ਅਲੱਗ, ਹਰ ਗ੍ਰੇਵੀ ਅਲੱਗ ਆ। ਜੇ ਜਿਹੜੀ ਜਿਸ ਤਰ੍ਹਾਂ ਮੈਂਗੋ ਲੱਸੀ ਤਿਆਰ ਹੋ ਰਹੀ ਹੈ, ਉਸੇ ਸੇਮ ਤਰੀਕੇ ਨਾਲ ਦੂਜੀ ਲੱਸੀ ਨਹੀਂ ਤਿਆਰ ਹੋ ਰਹੀ, ਇਹ ਸਟੈਂਡਰਡ ਆ। ਜਿੱਦਾਂ ਤੁਹਾਡਾ ਚਿਕਨ ਦੀ ਜਿਹੜੀ ਸਬਜ਼ੀ ਹੈ ਤੇ ਬਟਰ ਚਿਕਨ, ਉਹ ਅਲੱਗ 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 ਆ। ਹਾਂਜੀ, ਹੁਣ ਜਿਵੇਂ ਬਟਰ ਚਿਕਨ ਹੈ, ਬਟਰ ਚਿਕਨ ਸਾਡੇ ਕੋਲ ਦੋ ਤਰ੍ਹਾਂ ਦਾ, ਇੱਕ ਗ੍ਰੇਵੀ ਵਾਲਾ ਵਾ ਜਿਹੜਾ, ਉਹ ਬਟਰ ਚਿਕਨ ਹੈ, ਬਟ ਉਹ ਪੰਜਾਬੀ ਸਟਾਈਲ 'ਚ, ਉਹ ਮਿੱਠਾ ਨਹੀਂ ਹੈ, ਉਹ ਸਪਾਈਸੀ ਆ। ਉਹੀ ਜੇ ਆਪਾਂ ਐਪੇਟਾਈਜ਼ਰ 'ਚ ਜਾਈਏ, ਸਾਡੇ ਕੋਲ ਉਹ ਜਿਹੜਾ ਬਟਰ ਚਿਕਨ ਹੈ, ਉਹ ਬਟਰੀ ਤੰਦੂਰੀ ਚਿਕਨ ਹੈ, ਉਹਦੇ ਬਣਾਉਣ ਦਾ ਤਰੀਕਾ ਅਲੱਗ ਆ, ਉਹਦੀ ਮੈਰੀਨੇਸ਼ਨ ਅਲੱਗ, ਉਹਦੀ ਮੈਰੀਨੇਸ਼ਨ ਅਲੱਗ ਹੈ, ਉਹਦੇ ਸੌਸਿਸ ਅਲੱਗ ਨੇ, ਉਹਦੇ ਫਲੇਵਰਸ ਅਲੱਗ ਨੇ, ਉਹਦੇ ਮਸਾਲੇ ਅਲੱਗ ਨੇ। ਤੇ ਅੱਗੇ ਕਿੱਥੇ ਜਾਣਾ ਚਾਹੁੰਦੇ ਹੋ? ਫੂਡ ਟਰੱਕ ਤੋਂ ਇੱਕ ਰੈਸਟੋਰੈਂਟ ਤੱਕ ਜਾਣਾ ਚਾਹੁੰਦੇ, ਕਿਉਂਕਿ ਮੈਨੂੰ ਲੱਗਦਾ ਕਿ ਨੈਕਸਟ ਬ੍ਰਾਂਡਡ ਇੱਕ ਰੈਸਟੋਰੈਂਟ ਤੁਹਾਡੇ 'ਚ ਮੈਨੂੰ ਨਜ਼ਰ ਆ ਰਿਹਾ, ਕਿਉਂਕਿ ਕਾਫੀ ਪੈਸ਼ਨੇਟ ਹੋ, ਖਾਣ ਪੀਣ ਵਾਲੇ ਬੰਦੇ ਹੋ, ਐਂਡ ਕੁਝ ਡਿਫਰੈਂਟ ਲੈ ਕੇ ਆਇਓ, ਵਿਚ ਇਜ਼ ਗੁੱਡ। ਇਹ ਸਾਡੇ ਕਸਟਮਰਸ 'ਤੇ ਡਿਪੈਂਡ ਕਰਦਾ, ਲੋਕਾਂ ਨੂੰ ਜਿਸ ਸਟੈਂਡਰਡ 'ਤੇ ਆਪਾਂ ਚੀਜ਼ ਦੇਣਾ ਚਾਹੁੰਦੇ ਹਾਂ। ਜੇ ਉਹਨਾਂ ਨੂੰ ਇਹ ਚੀਜ਼ ਪਸੰਦ ਆਏਗੀ, ਚੀਜ਼ ਗਰੋ ਕਰਦੀ ਹੈ, ਤਾਂ ਓਬਵੀਅਸਲੀ ਅਸੀਂ ਲੋਕਾਂ ਦੇ ਨਾਲ ਹੀ ਗਰੋ ਕਰਾਂਗੇ, ਅਸੀਂ ਅਲੱਗ ਨਹੀਂ ਉਸ ਚੀਜ਼ ਤੋਂ। ਬਟ ਲੋਕਾਂ ਨੂੰ ਜਦੋਂ ਇਹ ਸਟੈਂਡਰਡ ਜਿਸ ਪ੍ਰਾਈਸਿਸ 'ਤੇ ਅਸੀਂ ਇਹ ਸਟੈਂਡਰਡ ਦੇ ਨਾਲ ਇਹ ਦੇ ਰਹੇ ਹਾਂ, ਜਦੋਂ ਲੋਕ ਆਉਣਗੇ ਇੱਕ ਵਾਰੀ ਆਉਣ, ਟੇਸਟ ਕਰਨ, ਠੀਕ ਹੈ। ਹਰ ਇੱਕ ਕੋਈ ਨਵੀਂ ਚੀਜ਼ ਖੁੱਲਦੀ ਹੈ, ਲੋਕ ਹੈਜੀਟੇਟ ਵੀ ਕਰਦੇ ਆ ਕਿ ਪਤਾ ਨਹੀਂ ਸੇਮ ਟੇਸਟ ਹੀ ਨਾ ਹੋਵੇ, ਕਿਉਂਕਿ ਬ੍ਰੈਂਪਟਨ ਜਨ ਸਟੈਂਡਰਡ ਬਣ ਚੁੱਕਿਆ ਕਿ ਸਾਰਿਆਂ ਦਾ ਟੇਸਟ ਸੇਮ ਆ, ਚੀਜ਼ਾਂ ਵੀ ਓਨੀਆਂ ਹੀ ਨੇ, ਚੀਜ਼ਾਂ ਵੀ ਓਨੀਆਂ ਹੀ ਨੇ, ਮੋਰ ਔਰ ਲੈਸ ਇੱਕੋ ਜਿਹਾ ਸਮਾਨ। ਹਾਂਜੀ ਹਾਂਜੀ, ਬਟ ਉਹ ਅਸੀਂ ਉਹ ਚੀਜ਼ ਨਹੀਂ ਕਰ ਰਹੇ, ਹਾਂਜੀ, ਤੁਸੀਂ ਆਓ ਇੱਕ ਵਾਰੀ ਚੀਜ਼ ਟਰਾਈ ਕਰੋ, ਤੁਹਾਨੂੰ ਪਤਾ ਲੱਗੇਗਾ। ਜੇ ਮੈਂ ਲੱਸੀ ਦੋ ਤਰ੍ਹਾਂ ਦੀ ਅਸੀਂ ਬਣਾ ਸਕਦੇ ਹਾਂ, ਤੇ ਫਿਰ ਅਸੀਂ ਉਸ ਤੋਂ ਬਾਕੀ ਚੀਜ਼ਾਂ ਹੀ ਅਲੱਗ ਤਰ੍ਹਾਂ ਦੀਆਂ ਤੇ ਬਣਾ ਹੀ ਸਕਦੇ ਹਾਂ। ਸੋ ਮੇਪਲ ਸਿਰਪ ਵਾਲੀ ਖੀਰ, ਹਾਂਜੀ, ਤੇ ਦੋ ਤਰ੍ਹਾਂ ਦੀ ਲੱਸੀਆਂ, ਤੇ ਭਾਜੀ ਕੋਲ ਡਿਜ਼ਰਟ ਵਿੱਚ ਇਹ ਸਾਰੇ ਆਪਸ਼ਨ ਨੇ। ਸੋ ਭਾਜੀ ਕਿੱਥੇ ਆਉਣਾ ਹੈ, ਤੇ ਇਹਨਾਂ ਦੇ ਪ੍ਰਾਈਜ਼ ਵੀ ਦੱਸੋ? ਹਾਂਜੀ, ਜਿਹੜੀ ਸਾਡੀ ਲੱਸੀ ਹੈ, ਉਹ ਸਾਡੀ ਲੱਸੀ ਜਾਂਦੀ ਹੈ ਜੀ 599 ਦੀ। ਅੱਛਾ, ਜਿਹੜੀ ਮੇਪਲ ਸਿਰਪ ਵਾਲੀ ਸਾਡੀ ਖੀਰ ਹੈ, ਉਹ ਇਹ ਪੋਰਸ਼ਨ ਨਹੀਂ ਹੈ, ਉਹਦਾ ਪੋਰਸ਼ਨ ਹੈਗਾ 449 ਦਾ। ਤੇ ਆਉਣ ਲਈ ਤੁਸੀਂ ਇਹਨੂੰ, ਜੇ ਤੁਸੀਂ ਟਰਾਈ ਕਰਨਾ ਚਾਹੁੰਦੇ ਹੋ, ਤੁਸੀਂ ਸਾਡੇ ਕੋਲ 900 ਪੀਟਰ ਰੋਬਰਟਸਨ ਬੁਲੇਵਰਡ ਬ੍ਰੈਂਪਟਨ ਇੰਟਰਸੈਕਸ਼ਨ ਮੇਜਰ ਜਿਹੜੀ ਹੈਗੀ ਉਹ ਪੀਟਰ ਰੋਬਰਟਸਨ ਐਂਡ ਬ੍ਰੈਮਲੀ, ਬ੍ਰੈਂਪਟਨ ਸਿਵਿਕ ਹੋਸਪਿਟਲ ਦੀ ਬੈਕ ਸਾਈਡ 'ਤੇ, ਬਿਲਕੁਲ।